ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜਨਰਲ ਪੰਜਾਬ ਵੈਦਰ ਤੇ ਤੁਹਾਡਾ ਸਭ ਦਾ ਸਵਾਗਤ ਹੈ ਸੋ ਗੱਲ ਕਰਦੇ ਹਾਂ ਪੰਜਾਬ ਮੌਸਮ 19 20 ਅਤੇ 21 ਮਈ ਨੂੰ ਕਿ ਇਹਨਾਂ ਦਿਨਾਂ ਵਿੱਚ ਪੰਜਾਬ ਦੇ ਮੌਸਮ ਵਿੱਚ ਕੀ ਕੀ ਹਲਚਲ ਹੋ ਸਕਦੀ ਹੈ ਕਿਉਂਕਿ ਜੋ ਅਰਬ ਸਾਗਰ ਦੇ ਵਿੱਚ ਇੱਕ ਤੂਫਾਨ ਉੱਠ ਰਿਹਾ ਹੈ ਸੋ ਉਸ ਦੇ ਚਲਦੇ ਅਲਰਟ ਹੈ ਜਿਹੜਾ ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਜਿਹਦੇ ਵਿੱਚ ਕੁਝ ਪੱਛਮੀ ਅਤੇ ਕੁਝ ਉੱਤਰੀ ਸੂਬੇ ਸ਼ਾਮਲ ਨੇ ਸੋ ਇਨਾਂ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਮੌਸਮ ਕਿਵੇਂ ਦਾ ਰਹੇਗਾ ਤੇ ਪੰਜਾਬ ਉੱਪਰ ਖਾਸ ਤੌਰ ਤੇ ਇਸ ਦਾ ਪ੍ਰਭਾਵ ਕਿੰਨਾ ਰਹੇਗਾ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ 19 20 ਅਤੇ 21 ਇਨਾਂ ਤਿੰਨ ਦਿਨਾਂ ਦੇ ਪੰਜਾਬ ਦੇ ਮੌਸਮ ਦੀ ਹਲਚਲ 19 20 ਦੀ ਜੇ ਕਿਕਰ ਗੱਲ ਕਰੀਏ ਆਪਾਂ 19 ਮਈ ਨੂੰ ਤਾਂ 19 ਤਰੀਕ ਨੂੰ ਜੋ ਪੰਜਾਬ ਦਾ ਮੌਸਮ ਹੈ ਉਹ ਜ਼ਿਆਦਾਤਰ ਆਪ ਨੂੰ ਹਲਕੀ-ਫੁਲਕੀ ਬੱਦਲਵਾਈ ਵਾਲਾ ਹੀ ਦੇਖਣ ਨੂੰ ਮਿਲੇਗਾ ਕੁਝ ਹਿੱਸਿਆਂ ਵਿੱਚ ਤੇਜ਼ ਹਵਾਵਾਂ ਪੂਰਬੀ ਦਿਸ਼ਾ ਤੋਂ ਚੱਲ ਸਕਦੀਆਂ ਨੇ ਯਾਨੀ ਕਿ ਪੂਰਬ ਅਤੇ ਕੁਝ ਦੱਖਣ ਤੋਂ ਸੋ ਇਨ੍ਹਾਂ ਇਲਾਕਿਆਂ ਦੇ ਵਿੱਚ ਹਵਾਵਾਂ ਚੱਲਣ ਦੇ ਕਾਰਨ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਬੱਦਲਵਾਈ ਦਾ ਦੌਰ ਵੀ ਦੇਖਣ ਨੂੰ ਮਿਲ ਸਕਦਾ ਹੈ ਹਾਲਾਂਕਿ ਮੀਂਹ ਦੇ ਜਿਹੜੇ ਅਸਾਰ ਨੇ ਉਹ ਥੋੜੇ ਜਿਹੇ 19 ਤਰੀਕ ਨੂੰ ਘੱਟ ਹੀ ਰਹਿਣਗੇ ਕੁਝ ਕੁ ਹਿੱਸਿਆਂ ਦੇ ਵਿੱਚ ਪੰਜਾਬ ਦੇ ਜਿਹੜੀ ਹਲਕੀ-ਫੁਲਕੀ ਬੂੰਦਾਬਾਰੀ ਦੇਖਣ ਨੂੰ ਮਿਲ ਸਕਦੀ ਹੈ ਕੋਈ ਜ਼ਿਆਦਾ ਭਾਰੀ ਮੀਂਹ ਦੇ ਅਸਾਰ ਫਿਲਹਾਲ ਨਜ਼ਰ ਨਹੀਂ ਆ ਰਹੇ ਜੋ ਹੁਣ ਅੱਜ ਦੀ ਅਪਡੇਟ ਆ ਰਹੀ ਹੈ ਤੇ ਇਸ ਤੋਂ ਬਾਅਦ 20 ਤਰੀਕ ਨੂੰ ਜਿਹੜਾ ਪੰਜਾਬ ਦਾ ਮੌਸਮਾਤ ਵਿੱਚ ਥੋੜਾ ਜਿਹਾ ਬਦਲਾਅ ਦੇਖਣ ਨੂੰ ਮਿਲੇਗਾ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬੱਦਲਵਾਈ ਸੰਘਣੀ ਹੋ ਸਕਦੀ ਹੈ ਉਹਦੇ ਨਾਲ ਤੇਜ਼ ਹਵਾਵਾਂ ਬੱਦਲੀ ਗਰਜ ਚਮਕ ਨਾਲ ਕੁਝ ਹਿੱਸਿਆਂ ਵਿੱਚ ਮੀਂਹ ਪੈਣ ਦੇ आसार ਵੀ ਨਜ਼ਰ ਆ ਰਹੇ ਨੇ ਜਿਹੜਾ ਮੀਂਹ ਦਾ ਦੌਰ ਆ ਹਲਕੇ ਤੋਂ ਲੈ ਕੇ ਦਰਮਿਆਨੀ ਰੂਪ ਤੱਕ ਹੀ ਸੀਮਿਤ ਰਹਿਣ ਦੇ आसार ਨੇ ਤੇ ਜੇਕਰ ਆਪਾਂ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਕੁਝ ਪੂਰਬੀ ਅਤੇ ਕੁਝ ਦੱਖਣੀ ਇਲਾਕੇ ਸ਼ਾਮਲ ਹੋਣਗੇ ਜਿਸ ਦੇ ਵਿੱਚ ਮਾਨਸਾ ਤੋਂ ਲੈ ਕੇ ਸੰਗਰੂਰ, ਪਟਿਆਲਾ, ਫਤਿਹਗੜ੍ਹ ਸਾਹਿਬ, ਮੋਹਾਲੀ, ਰੂਪਨਗਰ ਉਹ ਗਿਆ ਲੁਧਿਆਣਾ ਹੋ ਗਿਆ ਕੁਝ ਭਾਗ ਬਰਨਾਲੇ ਦੇ ਤੇ ਐਸਬੀਐਸ ਨਗਰ ਤੇ ਹੋ ਸਕਦਾ ਹੈ ਕਿ ਜਲੰਧਰ ਅਤੇ ਮੋਗੇ ਜ਼ਿਲ੍ਹੇ ਦੇ ਤੇ ਨਾਲ ਕੁਝ ਬਠਿੰਡੇ ਦੇ ਇਲਾਕੇ ਵੀ ਸ਼ਾਮਲ ਹੋ ਸਕਦੇ ਨੇ ਸੋ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਅਸਾਰ ਬਣ ਰਹੇ ਨੇ ਕਿ 20 ਤਰੀਕ ਨੂੰ ਮੌਸਮ ਵਿੱਚ ਹਲਚਲ ਹੋ ਸਕਦੀ ਹੈ 21 ਤਰੀਕ ਦੀ ਸਵੇਰ ਤੱਕ ਇਨ੍ਹਾਂ ਸੂਬਿਆਂ ਦੇ ਵਿੱਚ ਬੱਦਲੀ ਘਰਚੰਕ ਹੋ ਸਕਦੀ ਹੈ ਕਈ ਕਈ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਕਈ ਭਾਗਾਂ ਵਿੱਚ ਆਪਾਂ ਮੀਨੀਆ ਗਤੀਵਿਧੀਆਂ ਵੀ ਦੇਖਣ ਨੂੰ ਮਿਲਣਗੀਆਂ ਤੇ ਇਹ ਜੋ ਵੀ ਅਪਡੇਟ ਹੈ ਇਹ ਅੱਜ ਹੁਣ ਦੀ ਜਿਹੜੀ ਤਾਜ਼ਾ ਅਪਡੇਟ ਉਸ ਦੇ ਮੁਤਾਬਕ ਹੈ ਜੋ ਵੀ ਇਸ ਜਿਹੜਾ ਤੂਫਾਨ ਦਾ ਜੋ ਟਰੈਕ ਬਣ ਰਿਹਾ ਹੈ ਉਸ ਦੇ ਮੁਤਾਬਕੇ ਜਾਣਕਾਰੀ ਆ ਰਹੀ ਹੈ ਤੇ ਜੇਕਰ ਆਉਣ ਵਾਲੇ ਦਿਨਾਂ ਵਿੱਚ ਟਰੈਕ ਦੇ ਵਿੱਚ ਤਬਦੀਲੀ ਹੁੰਦੀ ਹੈ ਤੇ ਜੇਕਰ ਜਿਹੜਾ ਸਾਈਕਲੋਨ ਪੱਛਮੀ ਇਲਾਕਿਆਂ ਵੱਲੋਂ ਆਉਂਦਾ ਹੈ ਤਾਂ ਉਸ ਦੇ ਨਾਲ ਪੰਜਾਬ ਦੇ ਹੋਰ ਜ਼ਿਆਦਾ ਇਲਾਕੇ ਵੀ ਕਵਰ ਹੋ ਸਕਦੇ ਨੇ ਤੇ ਜੇਕਰ ਇਸ ਦਾ ਰੁਖ ਪੂਰਬ ਵੱਲੋਂ ਵੱਧਦਾ ਹੈ ਜਾਨਕੀ ਜੁਪੀ ਸਾਈਡ ਨੂੰ ਤਾਂ ਪੰਜਾਬ ਦੇ ਵਿੱਚ ਜਿਹੜੇ ਮੀਂਹ ਪੈਣ ਦੇ ਅਸਾਰ ਨਿਊ ਘਟ ਵੀ ਸਕਦੇ ਨੇ ਤੇ ਜੇਕਰ ਆਪਾਂ ਬਾਕੀ ਇਲਾਕਿਆਂ ਦੀ ਗੱਲ ਕਰੀਏ ਜਿਨ੍ਹਾਂ ਦੇ ਵਿੱਚ ਪੱਛਮੀ ਇਲਾਕੇ ਹੋਣਗੇ ਮੇਨ ਤੌਰ ਤੇ ਜਿਵੇਂ ਫਾਜ਼ਿਲਕਾ ਹੋ ਗਿਆ ਜਾਂ ਫਰੂਜਪੁਰ ਤਰਨਤਾਰਨ ਨਮਰਸਰ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਹੋ ਗਿਆ ਫਰੀਦਕੋਟ ਹੋ ਗਿਆ ਮੁਕਸਰ ਤਾਂ ਇਹਨਾਂ ਇਲਾਕਿਆਂ ਵਿੱਚ ਹਾਲੇ ਪ੍ਰਭਾਵ ਘੱਟ ਨਜ਼ਰ ਆ ਰਿਹਾ ਹੈ ਕੁਝ ਹਿੱਸਿਆਂ ਵਿੱਚ ਹੋ ਸਕਦਾ ਹੈ ਕਿ ਹਲਕਾ ਫੁਲਕਾ ਮੀਂਹ ਇਸ ਤੂਫਾਨ ਦੇ ਕਾਰਨ ਹੋ ਸਕਦਾ ਹੈ ਪਰ ਜ਼ਿਆਦਾ ਸਰ ਨਹੀਂ ਹੋਣਗੇ ਇਸ ਦਾ ਜੋ ਮੇਨ ਪ੍ਰਭਾਵ ਰਹੇਗਾ ਇਸ ਤੂਫਾਨ ਦਾ ਉਹ ਪੰਜਾਬ ਦੇ ਪੂਰਬੀ ਅਤੇ ਕੁਝ ਦੱਖਣੀ ਭਾਗਾਂ ਤੱਕ ਹੀ ਸੀਮਿਤ ਰਹੇਗਾ ਪਰ ਇਸ ਤੂਫਾਨ ਤੋਂ ਬਿਨਾ ਹੋਰ ਬੱਦਲੀ ਜਿਹੜੇ ਸਿਸਟਮ ਨੇ ਪੰਜਾਬ ਵਿੱਚ ਪੱਛਮੀ ਪਾਸੇ ਤੋਂ ਐਂਟਰ ਹੋ ਸਕਦੇ ਨੇ ਤਾਂ ਉਹਨਾਂ ਦੇ ਕਾਰਨ ਪੰਜਾਬ ਦੇ ਕੁਝ ਹੋਰ ਪੱਛਮੀ ਇਲਾਕਿਆਂ ਵਿੱਚ ਬਰਖਾ ਦਾ ਦੌਰ ਹਲਕਾ-ਪੁਲਕਾ ਦੇਖਣ ਨੂੰ ਮਿਲ ਸਕਦਾ ਹੈ ਪਰ ਜੋ ਇਸ ਤੂਫਾਨ ਦੀ ਜੇਕਰ ਗੱਲ ਕਰੀਏ ਤਾਂ ਇਸ ਦਾ ਪ੍ਰਭਾਵ ਹੈਡਾ ਮੇਨ ਤੌਰ ਤੇ ਪੰਜਾਬ ਦੇ ਦੱਖਣੀ ਅਤੇ ਕੁਝ ਪੂਰਬੀ ਇਲਾਕਿਆਂ ਤੱਕ ਹੀ ਸੀਮਿਤ ਰਹੇਗਾ ਤੇ ਬਾਕੀ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਵੀਂ ਅਪਡੇਟ ਆ ਜਾਂਦੀ ਹੈ ਇਸ ਦੀ ਤਾਂ ਉਹ ਆਪਾਂ ਸਮੇਂ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਸੋ ਲਗਾਤਾਰ ਹਰ ਅਪਡੇਟ ਲਈ ਪੰਜਾਬ ਚੈਨਲ ਪੰਜਾਬ ਵੈਦਰ ਨਾਲ ਬਨੇ ਰਹੋ